ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ 12ਵੀਂ ਕਲਾਸ ਹਿਸਟਰੀ ਦਾ ਤੀਸਰਾ ਪਾਠ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਸਮਾਜਿਕ ਤੇ ਆਰਥਿਕ ਦਸ਼ਾ ਪੋਲਿਟੀਕਲ ਸੋਸ਼ਲ ਐਂਡ ਇਕਨੋਮਿਕ ਕੰਡੀਸ਼ਨਸ ਆਫ ਪੰਜਾਬ ਇਨ ਦਾ ਬਿਗਨਿੰਗ ਆਫ ਦਾ 16th ਸੈਂਚਰੀ ਇਹਦੇ ਜ਼ਰੂਰੀ ਐਮਸੀਕਿਊ ਕਰਾਂਗੇ ਜੋ ਕਿ ਟੌਰਮ ਬੰਦ ਦੇ ਪੇਪਰਾਂ 'ਚ ਆ ਸਕਦੇ ਨੇ ਤੋ ਚਲੋ ਸ਼ੁਰੂ ਕਰਦੇ ਹਾਂ ਜੀ ਪਹਿਲਾ ਕੁਐਸਚਨ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਦੀਆਂ ਵਿਸ਼ੇਸ਼ਤਾਵਾਂ ਕੀ ਸੀ ਪੰਜਾਬ ਵਿੱਚ ਰਾਜਿਕਤਾ ਫੈਲੀ ਸੀ ਕੋਈ ਲਾ ਨਹੀਂ ਸੀ ਭ੍ਰਸ਼ਟਾਚਾਰ ਜ਼ਿਆਦਾ ਸੀ ਸ਼ਾਸਕ ਅਤਿਆਚਾਰੀ ਸਨ ਇਹ ਸਾਰੇ ਆਪਸ਼ਨ ਸਹੀ ਹੈ ਡੀ ਆਏਗਾ ਅਗਲਾ ਆਪਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਗੁਰੂ ਨੇ ਆਪਣੀ ਬਾਣੀ ਵਿੱਚ 16ਵੀਂ ਸਦੀ ਦੇ ਪੰਜਾਬ ਦੀ ਰਾਜਨੀਤਿਕ ਦਸ਼ਾ ਬਾਰੇ ਵਰਣਨ ਕੀਤਾ ਹੈ ਗੁਰੂ ਨਾਨਕ ਦੇਵ ਜੀ ਪਹਿਲਾ 16ਵੀਂ ਸਦੀ ਦੇ ਆਰੰਭ ਵਿੱਚ ਦਿੱਲੀ ਵਿੱਚ ਜਿਹੜੇ ਵੰਸ਼ ਦਾ ਸ਼ਾਸਨ ਸੀ ਉਹ ਬਾਬਰ ਦਾ ਮੁਕਾਬਲਾ ਨਹੀਂ ਕਰ ਸਕਿਆ ਉਹਦਾ ਨਾਂ ਕੀ ਸੀ ਇਹ ਹੈਗੇ ਲੋਧੀ ਵੰਸ਼ ਲੋਧੀ ਵੰਸ਼ ਦਾ ਉਥੇ ਬੋਲ ਵਾਲਾ ਸੀ ਪ੍ਰਸ਼ਨ ਨੰਬਰ 4 ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ਬਹਿਲੋਲ ਲੋਧੀ ਪਹਿਲਾ ਬਹਿਲੋਲ ਲੋਧੀ ਕਦੋਂ ਦਿੱਲੀ ਦੇ সিংਹਾਸਣ ਤੇ ਬੈਠਿਆ 1452 ਆਪਸ਼ਨ ਬੀ ਇਹ ਲਿਖਿਆਂ ਵਿੱਚੋਂ ਕੌਣ ਲੋਧੀ ਵੰਸ਼ ਦਾ ਸੁਲਤਾਨ ਨਹੀਂ ਸੀ ਸਿਕੰਦਰ ਸੋਰੀ ਦੋਲਤ ਖਾਨ ਲੋਧੀ ਇਹ ਉਹਦਾ ਸੁਲਤਾਨ ਨਹੀਂ ਸੀ ਸਤਵਾਂ ਲੋਧੀ ਵੰਸ਼ ਦਾ ਅੰਤਿਮ ਸੁਲਤਾਨ ਕਿਹੜਾ ਸੀ ਇਬਰਾਹਿਮ ਲੋਧੀ ਬੀ ਇਬਰਾਹਿਮ ਲੋਧੀ ਕਦੋਂ ਦਿੱਲੀ ਦੇ ਸਿੰਘਾਸਨ ਬੈਠਿਆ 1517 ਇਬਰਾਹਿਮ ਲੋਧੀ ਕਿਸ ਦਾ ਪੁੱਤਰ ਸੀ ਸਿਕੰਦਰ ਲੋਧੀ ਦਾ ਆਪਸ਼ਨ ਚੌਥਾ ਅਗਲਾ ਪ੍ਰਸ਼ਨ 10ਵਾਂ ਦੌਲਤ ਖਾਨ ਲੋਧੀ ਕੌਣ ਸੀ ਪੰਜਾਬ ਦਾ ਸੂਬੇਦਾਰ ਦੌਲਤ ਖਾਨ ਲੋਧੀ ਪੰਜਾਬ ਦਾ ਸੂਬੇਦਾਰ ਕਦੋਂ ਨਿਯੁਕਤ ਹੋਇਆ 1500 ਸਦੀ ਦੇ ਵਿੱਚ ਪ੍ਰਸ਼ਨ ਨੰਬਰ 12 ਹੇਠ ਲਿਖਿਆਂ ਵਿੱਚੋਂ ਕੌਣ ਦੌਲਤ ਖਾਨ ਲੋਧੀ ਦਾ ਪੁੱਤਰ ਨਹੀਂ ਸੀ ਸਿਕੰਦਰ ਲੋਧੀ ਦਿਲਾਵਰ ਖਾਨ ਲੋਧੀ ਹਾਜੀ ਖਾਨ ਤੇ ਗਾਜੀ ਖਾਨ ਉਹਦੇ ਪੁੱਤਰ ਸਨ ਸਿਕੰਦਰ ਲੋਧੀ ਉਹਦਾ ਪੁੱਤਰ ਨਹੀਂ ਸੀ ਆਲਮ ਖਾਨ ਲੋਧੀ ਕੌਣ ਸੀ ਸਿਕੰਦਰ ਲੋਧੀ ਦਾ ਪੁੱਤਰ অপশন 3 پنجاب ਦਾ ਤ੍ਰਿਕੋਣਾ ਸੰਘਰਸ਼ ਪੰਜਾਬ ਲਈ ਬਹੁਤ ਮਾਰੂ ਸਿੱਧ ਹੋਇਆ ਕਿ ਤੁਸੀਂ ਜਾਣਦੇ ਹੋ ਕਿ ਕਦੋਂ ਸ਼ੁਰੂ ਹੋਇਆ ਸੀ 16ਵੀਂ ਸਦੀ ਦੇ ਸ਼ੁਰੂ ਵਿੱਚ অপশন 3 پنجاب ਦੇ ਤਿੰਗੋਣੇ ਸੰਘਰਸ਼ ਵਿੱਚ ਸ਼ਾਮਲ ਕੌਣ ਨਹੀਂ ਸੀ ਆਲਮ ਖਾ ਲੋਦੀ ਭਾਰਤ ਤੇ ਹਮਲਾ ਕਰਨ ਤੋਂ ਪਹਿਲਾਂ ਬਾਬਰ ਕਿੱਥੇ ਦਾ ਸ਼ਾਸਕ ਸੀ ਕਾਬਲ ਦਾ ਪਹਿਲਾ ਆਪਸ਼ਨ ਬਾਬਰ ਨੇ ਭਾਰਤ ਤੇ ਹਮਲੇ ਦਾ ਮੁੱਖ ਕਾਰਨ ਕੀ ਸੀ ਉਹ ਆਪਣੇ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ ਉਪਾਰਤ ਵਿੱਚੋਂ ਦੋ અપਾਰ ਦੋਲਤ ਪ੍ਰਾਪਤ ਕਰਨਾ ਚਾਹੁੰਦਾ ਸੀ ਉਹ ਭਾਰਤ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ ਇਹ ਸਾਰੇ ਆਪਸ਼ਨ ਸਹੀ ਹੈ 18 ਨੰਬਰ ਪ੍ਰਸ਼ਨ ਬਾਬਰ ਨੇ ਭਾਰਤ ਵਿੱਚ ਲੋਧੀ ਵੰਸ਼ ਨੂੰ ਹਰਾ ਕੇ ਮੁਗਲ ਵੰਸ਼ ਦੀ ਸਥਾਪਨਾ ਕੀਤੀ ਤੁਸੀਂ ਜਾਣਦੇ ਹੋ ਕਿ ਉਸਨੇ ਭਾਰਤ ਉੱਤੇ ਕਿੰਨੇ ਹਮਲੇ ਕੀਤੇ 5 ਬਾਬਰ ਨੇ ਪੰਜਾਬ ਤੇ ਪਹਿਲਾ ਹਮਲਾ ਕਦੋਂ ਕੀਤਾ ਸੀ 1519 ਦੇ ਵਿੱਚ ਬਾਬਰ ਦੇ ਹਮਲੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ਦੋਲਤਖਾਂ ਲੋਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਹੜੇ ਹਮਲੇ ਦੀ ਤੁਲਨਾ ਪਾਪ ਦੀ ਜੰਝ ਨਾਲ ਕੀਤੀ ਸੈਦਪੁਰ ਹਮਲਾ ਬਾਬਰ ਨੇ ਸੈਦਪੁਰ ਹਮਲਾ codimension ਕੀਤਾ 1520 ਦੇ ਵਿੱਚ ਬਾਬਰ ਨੇ ਸੈਦਪੁਰ ਤੇ ਹਮਲੇ ਸਮੇਂ ਕਿਹੜੇ ਸਿੱਖ ਗੁਰੂ ਸਾਹਿਬਾਨ ਨੂੰ ਗ੍ਰਿਫਤਾਰ ਕੀਤਾ ਸੀ ਗੁਰੂ ਨਾਨਕ ਦੇਵ ਪਹਿਲਾ ਕਿਸ ਮੁਗਲ ਬਾਦਸ਼ਾਹ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਝ ਸਮੇਂ ਲਈ ਕੈਦ ਕੀਤਾ ਬਾਬਰ ਪਹਿਲਾ ਸ਼ਿਰੂ ਨਾਨਕ ਦੇਵ ਜੀ ਨੇ ਬਾਬਰ ਦੇ ਜੁਲਮਾਂ ਦਾ ਵਰਨਨ ਕਿਸ ਬਾਣੀ ਚ ਕੀਤਾ ਬਾਬਰ ਬਾਣੀ ਪਹਿਲਾ ਬਾਬਰ ਨੇ ਪੰਜਾਬ ਦੇ ਕਿਹੜੇ ਗਵਰਨਰ ਨੂੰ ਹਰਾਇਆ ਸੀ ਦੋਲਤਖਾਂ ਬਾਬਰ ਤੇ ਇਬਰਾਹਿਮ ਲੋਦੀ ਵਿਚਾਲੇ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ 1526 ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕਿਸ ਦੀ ਹਾਰ ਹੋਈ ਸੀ ਇਬਰਾਹਿਮ ਲੋਦੀ ਆਪਸ਼ਨ ਤੀਜਾ ਪ੍ਰਸ਼ਨ ਨੰਬਰ 29 ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਦੀ ਜਿੱਤ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਜ਼ਿੰਮੇਵਾਰ ਸੀ ਇਹ ਸਾਰੇ ਬਾਬਰ ਜੋਗ ਅਗਵਾਈ ਕਰਦਾ ਸੀ ਬਾਬਰ ਕੋਲ ਤੋਪਖਾਨਾ ਸੀ ਇਬਰਾਹਿਮ ਲੋਦੀ ਬਦਨਾਮ ਹੋ ਗਿਆ ਸੀ ਸਾਰੇ ਆਪਸ਼ਨ ਸਹੀ ਹੈ ਪ੍ਰਸ਼ੰਤੀ ਪਾਣੀਪਤ ਦਾ ਇਤਿਹਾਸਿਕ ਮੈਦਾਨ ਆਧੁਨਿਕ ਭਾਰਤ ਇਹਦਾ ਆਏਗਾ ਜੀ ਇਤਿਹਾਸਿਕ ਮੈਦਾਨ ਦੇ ਵਿੱਚ ਹਰਿਆਣਾ ਪਹਿਲਾ 31 ਨੰਬਰ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਸੀ ਤਿੰਨ ਆਪਸ਼ਨ ਬੀ 32 ਨੰਬਰ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਵਿੱਚ ਉੱਚ ਉਚੇਰੀ ਸ਼੍ਰੇਣੀ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਮਲ ਨਹੀਂ ਸੀ ਵਪਾਰੀ 33 ਨੰਬਰ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦਾ ਮੱਧ ਸ਼੍ਰੇਣੀ ਕੌਣ ਵਿੱਚੋਂ ਕੌਣ ਸ਼ਾਮਲ ਸੀ ਮਿਡਲ ਕਲਾਸ ਕਿਹੜੇ ਸੀ ਇਹ ਸਾਰੇ ਵਪਾਰੀ ਸੈਨਿਕ ਕਿਸਾਨ ਇਹ ਸਾਰੇ ਮੀਡਲ ਕਲਾਸ ਦੇ ਮੁਸਲਮਨ ਸੀ 34 ਨੰਬਰ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਮਲ ਨਹੀਂ ਸੀ ਕਾਜੀ ਕਾਜੀ ਉੱਚੀ ਸ਼੍ਰੇਣੀ ਦੇ ਸੀ 19ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਕਿਹੜਾ ਸੀ ਲਾਹੌਰ ਆਪਸ਼ਨ ਚੌਥਾ ਹੇਠ ਲਿਖਿਆਂ ਵਿੱਚੋਂ ਕਿਹੜਾ ਮੁਸਲਮਾਨਾਂ ਦਾ ਤਿਹਾਰ ਨਹੀਂ ਹੈ ਦੀਵਾਲੀ ਤੀਜਾ 37 ਹੇਠ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ Hindu ਸਮਾਜ ਕਿੰਨੀਆਂ ਮੁੱਖ ਜਾਤਾਂ ਵਿੱਚ ਵੰਡਿਆ ਸੀ ਚਾਰ ਵਰਨ ਤੀਜਾ ਆਪਸ਼ਨ 38 ਨੰਬਰ ਪ੍ਰਸ਼ਨ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ Hindu ਸਮਾਜ ਵਿੱਚ ਕਿਸ ਨੂੰ ਸਰਵੋੱਚ ਸਥਾਨ ਪ੍ਰਾਪਤ ਸੀ ਬ੍ਰਾਹਮਣਾਂ ਨੂੰ ਆਪਸ਼ਨ ਚੌਥਾ 39 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਇਸਤਰੀ ਸਮਾਜ ਨਾਲ ਸੰਬੰਧਿਤ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਗਲਤ ਹੈ ਕੁੜੀਆਂ ਦੇ ਜੰਮਣ ਨੂੰ ਚੰਗਾ ਸਮਝਿਆ ਜਾਂਦਾ ਸੀ ਇਹ ਗਲਤ ਹੈ 40 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਵਧੇਰੇ Hindu het ਲਿਖਿਆਂ ਵਿੱਚੋਂ ਕਿਸ ਚੀਜ਼ ਦੀ ਵਰਤੋਂ ਨਹੀਂ ਕਰਦੇ ਸੀ ਮਾਸ ਲਸਣ ਪਿਆਜ਼ ਸਾਰਾ ਹੀ 41 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ Hindu het ਲਿਖਿਆਂ ਵਿੱਚੋਂ ਕਿਹੜਾ ਮਨੋਰੰਜਨ ਦਾ ਸਾਧਨ ਨਹੀਂ ਸੀ Eid 42 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਕੀ ਸੀ ਖੇਤੀਬਾੜੀ ਬੀ ਆਪਸ਼ਨ 43 ਨੰਬਰ ਪ੍ਰਸ਼ਨ ਦੇਖੋ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਭ ਤੋਂ ਪ੍ਰਸਿੱਧ ਫਸਲ ਕਿਹੜੀ ਸੀ ਸਾਰੀਆਂ ਕਣਕ ਚੋਲ ਗੰਨਾ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ ਕੱਪੜਾ ਉਦਯੋਗ 16ਵੀਂ ਸਦੀ ਦੇ ਸ਼ੁਰੂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਗਰਮ ਕੱਪੜਾ ਉਦਯੋਗ ਦਾ ਕੇਂਦਰ ਨਹੀਂ ਸੀ ਜਲੰਧਰ ਸ਼ਿਆਲੀ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨਾਂ ਦੀ ਕਿਹੜੀ ਜਾਤੀ ਵਪਾਰ ਦਾ ਕੰਮ ਕਰਦੀ ਸੀ ਖੋਜਾ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਵਪਾਰ ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਨਾਲ ਨਹੀਂ ਜੁੜਿਆ ਜਾਪਾਨ 48 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚੋਂ ਕਿਸ ਵਸਤੂ ਦਾ ਨਿਰਯਾਤ ਨਹੀਂ ਕੀਤਾ ਜਾਂਦਾ ਸੀ ਕੋੜੇ ਆਪਸ਼ਨ ਚੌਥਾ 49 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਕਿਹੜਾ ਹੁੰਦਾ ਸੀ ਲਾਹੌਰ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਪ੍ਰਮੁੱਖ ਧਰਮ ਕਿਹੜਾ ਸੀ Hindu ਜੋਗੀਆਂ ਦੀ ਨਾਥ ਪੰਥੀ ਸ਼ਾਖਾ ਦੀ ਸਥਾਪਨਾ ਕਿਸ ਨੇ ਕੀਤੀ ਗੋਰਖਨਾਥ ਪਹਿਲਾ ਪੁਰਾਣਾ ਵਿੱਚ ਵਿਸ਼ਨੂੰ ਦੇ ਕਿੰਨੇ ਅਵਤਾਰਾਂ ਦਾ ਵਰਨਰ ਹੈ ਵਿਸ਼ਨੂੰ ਦੇ 24 ਅਵਤਾਰ ਹੈ ਜੀ ਤੀਸਰਾ ਹੈਗਾ 16ਵੀਂ ਸਦੀ ਦੇ ਸ਼ੁਰੂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਮਤ ਹਿੰਦੂ ਧਰਮ ਨਾਲ ਸੰਬੰਧ ਨਹੀਂ ਰੱਖਦਾ ਸੂਫੀ ਮਤ ਇਸਲਾਮ ਦਾ ਸੰਸਥਾਪਕ ਕੌਣ ਸੀ حضرت ਮੁਹੰਮਦ ਉਹਨਾਂ ਦਾ ਪੈਗੰਬਰ ਹੈ ਪੰਜੁੰਜਾ ਇਸਲਾਮ ਦੀ ਸਥਾਪਨਾ ਕਦੋਂ ਹੋਈ ਸੀ 7ਵੀਂ ਸਦੀ ਦੇ ਵਿੱਚ ਇਸਲਾਮ ਦਾ ਪਹਿਲਾ ਖਲੀਫਾ ਕੌਣ ਸੀ ਅਬੂ ਬਕਰ ਸੂਫੀ ਸੇਖਾਂ ਦੀ ਵਿਚਾਰਧਾਰਾ ਨੂੰ ਕੀ ਕਿਹਾ ਜਾਂਦਾ ਹੈ ਤਸੱਫਰ ਤਸੱਵਫ ਤਸੱਵਫ ਕਿਹਾ ਜਾਂਦਾ ਹੈ ਚਿਸ਼ਤੀ سلسلے ਦਾ ਸੰਸਥਾਪਕ ਕੌਣ ਸੀ ਖਵਾਜਾ ਮਯਨੂਦੀਨ ਚਿਸ਼ਤੀ ਪੰਜਾਬ ਵਿੱਚ ਚਿਸ਼ਤੀ سلسلے ਦਾ ਸਭ ਤੋਂ ਪ੍ਰਸਿੱਧ ਪ੍ਰਚਾਰਕ ਕੌਣ ਸੀ ਸ਼ੇਖ ਫਰੀਦ 60 ਪੰਜਾਬ ਵਿੱਚ ਸੁਹਰਾਵਰਦੀ سلسلے ਦਾ ਜਿਹੜਾ ਪ੍ਰਮੁੱਖ ਕੇਂਦਰ ਕਿੱਥੇ ਸੀ ਮਲਤਾਨ 'ਚ 61 ਨੰਬਰ ਹੇਠ ਲਿਖਿਆਂ ਵਿੱਚੋਂ ਕਿਸ ਨੇ ਕਵਾਲੀ ਗਾਉਣ ਦੀ ਪ੍ਰਥਾ ਸ਼ੁਰੂ ਕੀਤੀ ਸੂਫੀਆਂ ਨੇ 62 ਨੰਬਰ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਵਪਾਰੀ ਵਰਗਾਂ ਵਿੱਚ ਕਿਹੜਾ ਮਤ ਪ੍ਰਚਲਿਤ ਸੀ ਜੈਨ ਮਤ ਸੋ ਵਿਦਿਆਰਥੀਓ ਇਹ ਸੀ ਪ੍ਰਸ਼ਨ ਤੀਸਰੇ ਪਾਠ ਤੇ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਏ ਹੋਣਗੇ ਸੋ ਆਲਡ ਸੀ ਨਾਲ ਮੈਨਾਂ ਨੂੰ ਸਮਝਾਇਆ ਹੈ ਕਿੱਦਾਂ ਵੀਡੀਓ ਲੱਗਿਆ ਕਮੈਂਟ ਜ਼ਰੂਰ ਕਰਿਓ ਅਗਲੇ ਵੀਡੀਓ ਦੇ ਵਿੱਚ ਅਸੀਂ 12ਵੀਂ ਕਲਾਸ ਦੇ ਹਿਸਟਰੀ ਇਤਿਹਾਸ ਵਿਸ਼ੇ ਦਾ ਚੌਥਾ ਪਾਠ ਉਹਦੇ ਜ਼ਰੂਰੀ ਐਮਸੀਕਿਊ ਮਲਟੀਪਲ ਚੋਇਸ ਕੁਐਸਚਨ ਕਰਵਾਵਾਂਗੇ ਜੋ ਕਿ ਤੁਹਾਨੂੰ ਟਰਮ ਅੰਡ ਦੇ ਪੇਪਰਾਂ ਦੇ ਵਿੱਚ ਹੈਲਪ ਕਰਨਗੇ ਵਿਦਿਆਰਥੀਓ ਇਹ ਸਿਰਫ ਪੇਪਰਾਂ ਦੇ ਵਿੱਚ ਨਹੀਂ ਹੈਲਪ ਕਰਨਗੇ ਹੋਰ ਵੀ ਜੇ ਤੁਸੀਂ ਕੋਈ ਕੰਪੀਟੀਟਿਵ ਐਗਜ਼ਾਮ ਵੀ ਦੇਣਾ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਹੀ ਪ੍ਰਸ਼ਨ ਪੁੱਛੇ ਜਾਂਦੇ ਆ ਧੰਨਵਾਦ ਵੀਡੀਓ ਦੇਖਣ ਲਈ